जय श्री राम दोस्तों, मैं थोड़ा प्रवीण कुमार शर्मा शिवसेना बाल ठाकरे तो मेरे नाल मोहित सिंगला तो साड़ी होर भी टीम जी है सिविल हस्पताल समाणे आ रही है। अज जिहड़ा असी ये लाइव होया समाणे दे सिविल हस्पताल दे विच अज असी लाइव होया ये रेतगढ़ दे विच। सारे जल्दी जल्दी जुड़ लो और जिहड़ा जिहड़ा बंदा देख रहा नाल दे नाल शेयर मारो, क्योंकि घटिया सिस्टम दे नाल घटिया हरकतां दे नाल इन्हां लोकां नूं जिहड़ा है हस्पताल तो बाहर कढ़ दिता गया। एक लड़ाई का मसला सीगा, लड़ाई का जिहड़ा मसला सीगा रेतगढ़ दे विच जमीनी विवाद सीगा और एक पक्ष लोग बैठे ने इन्हां दी कोई सुनवाई नहीं हो रही ना इन्हां नूं प्रशासन वालों कोई मतलब मदद दित्ती गई है। परचा भी जे कट्टिया गया तो दूजी धिर दा कट्टिया गया, क्योंकि वह सरपंच सी उहदियां वड्डियां वड्डियां फोटोआं वड्डे वड्डे जिहड़े लोग ने उन्हां नाल लगियां होईयां ने, प्रशासन नूं धमका के रख्या उस उन्हां बंदिआं ने ते इन्हां बंदिआं करके जिहड़ा है उन्हां दी सुनवाई हो रही है। वी आई पी रूम दे विच उन्हां नूं कमरे दित्ते होए ने ते साडे एस एम ओ साहब नूं जदों मैं इस दी गल पुछी मैं कि इह की चक्कर है, मैं कि सौतेला व्यवहार क्यों हो रहा सिविल हस्पताल समाणा दे विच, ते उह कहिंदे सानूं प्रैशर है उत्तों ते इन्हां दी छुट्टी कर दित्ती गई। उस तों बाद एस एम ओ समाणा जदों असी कल दे उन्हां नूं फोन कर रहे हां और डॉक्टर हरप्रीत जिहड़े ने उन्हां ने इन्हां दी जबरदस्ती छुट्टी करके इन्हां नूं जबरदस्ती बाहर कढ़िया। अज लोग बाहर सिविल हस्पताल दे बाहर बैठे ने और हस्पताल दा जलूस देख रहे ने भी हाँ भी किद्दां निकल रहा है। समाणे दे एस एम ओ नूं शर्म होनी चाहीदी है भी इस तरह दीआं जिहड़ीआं हरकतां ने उन्हां नूं नहीं करनी चाहीदीआं, पक्षपात दे विच नहीं आना चाहीदा। जिहड़ा इह पक्षपात कीता असीं सिर तों निखेधी करदे हां। शिवसेना बाल ठाकरे हर उस बंदे दे नाल खड़ी है जिहड़े जिन्हां दे नाल धक्का हो रहा, असीं किसे दे नाल किसे टाइप दा भी असीं धक्का नहीं होण देवांगे। और तो इन्हां दी जबानी सुन लो भी इन्हां दे नाल की कुछ होया। हांजी ਕਿਹੜਾ ਪਿੰਡ ਹੈ ਤੁਹਾਡਾ? ਜਿਹੜਾ ਜਿਹੜਾ ਵੀਰ ਮੇਰਾ ਸੁਣਦਾ ਪਿਆ ਨਾਲ ਦੇ ਨਾਲ ਸ਼ੇਅਰ ਕਰੋ, ਕਿਉਂਕਿ ਇੱਥੇ ਹੋਰ ਵੀ ਚੋਰ ਬਜ਼ਾਰੀ ਹੋ ਰਹੀ ਹੈ, ਕਿਉਂਕਿ ਜਿੰਨੀਆਂ ਲੈਬੋਰਟਰੀਆਂ ਵਾਲੇ ਨੇ ਬਾਹਰ ਵਾਲੇ ਸਾਰੇ ਇੱਥੋਂ ਸੈਂਪਲ ਇਕੱਠੇ ਕਰਦੇ ਨੇ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੇ ਰਿਕਾਰਡ ਦੇ ਵਿੱਚ ਨੇ। ਜੇ ਐਸ ਐਮ ਓ ਸਾਹਿਬ ਪਰਚਾ ਕੱਟਣਾ ਚਾਹੁਣ ਤੇ ਅੱਜ ਵੀ ਪਰਚਾ ਕੱਟ ਸਕਦੇ ਨੇ। ਸੁਣਵਾਈ ਹੈ ਜਿਹਦਾ ਪੈਸਾ ਉਹਦਾ ਸਿਸਟਮ ਹੈ ਤੇ ਇਹੀ ਸਿਸਟਮ ਦੇ ਪਿੱਛੇ ਅੱਜ ਇਹ ਵਿਚਾਰੇ ਲੋਕ ਇੱਥੇ ਤੜਪ ਕੇ ਬਾਹਰ ਬਹਿ ਗਏ ਨੇ। ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹਸਪਤਾਲ ਤੋਂ, ਸਿਵਲ ਹਸਪਤਾਲ ਸਮਾਣਾ ਤੋਂ। ਆਹ ਤੁਸੀਂ ਦੇਖ ਸਕਦੇ ਹੋ ਆਹ ਬਾਹਰ ਕੱਢਤਾ ਵਿਚਾਰੇ ਇਲਾਜ ਲਈ ਬੈਠੇ ਨੇ ਔਰ ਇਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਇਲਾਜ ਨਹੀਂ ਹੋ ਰਿਹਾ। ਹਾਂਜੀ ਕੀ ਨਾਮ ਹੈ ਤੁਹਾਡਾ? ਇੱਕ ਮਿੰਟ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਜੈਪ ਸਿੰਘ ਜੀ, ਪਿੰਡ ਰੇਤਗੜ੍ਹ ਜੀ। ਨਾਮ ਹੈ ਜੈਪ ਸਿੰਘ ਜੀ, ਸਨ ਆਫ ਨਵੰਜੀ ਸੀਗੀ। ਸਾਡੀ ਜ਼ਮੀਨ ਤੇ ਸਰਪੰਚ ਤੱਕ ਨਾਲ ਕਬਜ਼ਾ ਕਰਾ ਲਈ, ਸਾਡੀ ਲੜਾਈ ਹੋ ਗਈ ਜੀ। ਸਾਡੇ ਉਹਨਾਂ ਨੇ ਸੱਟਾਂ ਪੇਟਾਂ ਮਾਰੀਆਂ, ਅਸੀਂ ਉਹਨਾਂ ਨੂੰ ਰੋਕਣ ਗਏ ਸੀਗੇ ਜੀ। ਉਹਨਾਂ ਨੇ ਸਾਡੀ ਕਮੀ ਸੁਣੀ, ਉਹਦੇ ਹਸਪਤਾਲ ਚ ਆ ਕੇ ਦਾਖਲ ਹੋਏ ਜੀ ਪਰਸੋਂ। ਹਜੇ ਤੱਕ ਸਾਡੀ ਅੱਜ ਵੀ ਸੁਣਵਾਈ ਨੀ ਹੋਈ, ਅੱਜ ਵੀ ਤਿੰਨ ਦਿਨ ਹੋ ਗਏ ਮੁਸ਼ਕ ਮਾਰ ਰਹੇ ਸਾਡੇ ਸਿਰਾਂ ਚੋਂ ਪੱਟੀ। ਅੱਜ ਡਰਦਿਆਂ ਨੇ ਸੇਮ ਉਹਨੇ ਡਰਦੇ ਨੇ ਪੱਟੀ ਕਰਵਾਤੀ ਜੀ, ਵੀ ਕੋਈ ਕਾਰਵਾਈ ਨਾ ਕਰਦੇ ਨੇ ਇਹਨਾਂ ਤੇ ਜੀ। ਇੰਨਾ ਧੱਕਾ, ਇੰਨੇ ਟਾਂਕੇ ਲੱਗੇ ਹੋਏ ਨੇ ਬੰਦੇ ਦੇ ਸਿਰ ਦੇ ਵਿੱਚ ਤੇ ਇਹਨੂੰ ਕਹਿੰਦੇ ਕੋਰੋਨਾ ਦੀ ਮਹਾਮਾਰੀ ਫੈਲੀ ਹੋਈ ਹੈ ਤਾਂ ਅਸੀਂ ਇਹਨਾਂ ਨੂੰ ਬਾਹਰ ਕੱਢ ਰਹੇ ਹਾਂ। ਜਿਹੜੇ ਦੂਜੇ ਬੰਦੇ ਅੰਦਰ ਬੈਠੇ ਨੇ ਉਹ ਫੁੱਫੜ ਲੱਗਦੇ ਨੇ ਇਹਨਾਂ ਦੇ ਜਿਹੜੇ ਅੰਦਰ ਬਿਠਾਏ ਨੇ ਇਹਨਾਂ ਨੇ। ਅਸੀਂ ਬਾਰ ਬਾਰ ਇਹਨਾਂ ਨੂੰ ਇਸੇ ਕਰਕੇ ਕਹਿੰਦੇ ਰਹੇ ਐਸ ਐਮ ਓ ਸਾਹਿਬ ਵੀ ਸਮਾਣੇ ਦੇ ਤੁਹਾਡੇ ਸਿਵਲ ਹਸਪਤਾਲ ਦੇ ਵਿੱਚ ਚੋਰੀ ਹੋ ਰਹੀ ਹੈ, ਉਹ ਠੱਗੀਆਂ ਹੋ ਰਹੀਆਂ ਨੇ। ਲੇਕਿਨ ਨਾ ਤਾਂ ਕਦੇ ਐਸ ਐਮ ਓ ਸਾਹਿਬ ਨੇ ਠੱਗੀ ਚੋਰੀ ਬਾਰੇ ਕਦੇ ਸੁਣਿਆ। ਅੱਜ ਵੀ ਮੈਂ ਮਿਲ ਕੇ ਇਹਨਾਂ ਨੂੰ ਠੱਗੀ ਚੋਰੀ ਬਾਰੇ ਦੱਸ ਕੇ ਆਇਆ। ਲੈਬੋਰਟਰੀਆਂ ਵਾਲੇ ਸਾਰੇ ਅੰਦਰ ਹੁੰਦੇ ਨੇ, ਇਹਨਾਂ ਦਾ ਸੀਸੀਟੀਵੀ ਕੈਮਰੇ ਚੈੱਕ ਕਰਾਓ। ਜੇ ਕੋਈ ਬਾਹਰ ਦੇ ਲੈਬੋਰਟਰੀ ਵਾਲੇ ਜੇ ਇਹਨਾਂ ਕੋਲ ਨਾ ਫਿਰਦੇ ਹੋਏ ਤੁਸੀਂ ਤਾਂ ਕਹਿ ਦਿਓ ਕੱਲੇ ਕੱਲੇ ਡਾਕਟਰਾਂ ਦੇ ਕੋਲ ਲੈਬੋਰਟਰੀ ਵਾਲੇ ਖੜੇ ਹੁੰਦੇ ਨੇ। ਕੀ ਗੱਲ, ਹਿੱਸੇਦਾਰੀ ਪਾਈ ਹੈ ਸਾਰੇ ਨਾਲ? ਜਿੰਨੇ ਵੀ ਟੈਸਟ ਹੁੰਦੇ ਨੇ ਔਰ ਜਿੰਨੇ ਵੀ ਐਕਸਰੇ ਹੁੰਦੇ ਨੇ ਸਾਰੇ ਐਸਐਲ ਕੰਪਿਊਟਰ ਵਾਲੇ ਦੇ ਹੁੰਦੇ ਨੇ ਜਿਹੜਾ ਬਾਹਰ ਬੈਠਾ ਹੈ। ਕਮਿਸ਼ਨਾਂ ਕੀਤੀਆਂ ਹੋਈਆਂ 40-60 ਕਮਿਸ਼ਨ ਹੈ। ਜੇ ਜਿਹੜੇ ਬੰਦੇ ਵੀਡੀਓ ਦੇਖ ਰਹੇ ਨੇ ਨਾਲ ਦੇ ਨਾਲ ਇਹਨੂੰ ਸ਼ੇਅਰ ਕਰਦੇ ਰਹੋ, ਕੱਲ ਨੂੰ ਤੁਹਾਡੇ ਨਾਲ ਵੀ ਆਹੀ ਹੋਣਾ ਹੈ। ਜਿਸ ਤਰ੍ਹਾਂ ਇਹ ਲੋਕ ਬਾਹਰ ਬੈਠੇ ਨੇ ਇਸ ਤਰ੍ਹਾਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਣਾ ਹੈ। ਇਹੀ ਹੋਸਪਿਟਲ ਹੈ ਇੱਥੇ ਸਮਾਣੇ ਦੇ ਵਿੱਚ।
ਜਿਹੜਾ ਮਾੜਾ ਜਿਹਾ ਜ਼ਖਮ ਹੁੰਦਾ ਉਹਨੂੰ ਚੱਲ ਪਟਿਆਲੇ ਐਡਮਿਟ ਕਰ ਇੱਥੇ ਦੇ ਠੱਗੀਆਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਠੱਗੀਆਂ ਸਾਰੇ ਆਪ ਲੱਗ ਹੀ ਰਹੀਆਂ ਤੁਹਾਨੂੰ ਪਤਾ ਲੱਗ ਹੀ ਰਿਹਾ ਕਿਹੜਾ ਕਰ ਰਿਹਾ ਇੱਥੇ ਠੱਗੀਆਂ ਸਭ ਨੂੰ ਪਤਾ ਚੋਰ ਵਿਚਾਰੀ ਹੈ ਇੱਕ ਟੀਕਾ ਲਾਉਂਦੇ ਪੇਨ ਕਿਲਰ ਤਾਂ ਪਤਾ ਲਾਉਂਦੇ ਨਹੀਂ ਲਾਉਂਦੇ ਪਾਣੀ ਦਾ ਟੀਕਾ ਭਰ ਕੇ ਲਾ ਦਿੰਦੇ हां देख लो आ माता खून ਨਾਲ ਲਤਪਤ ਹੈ ਔਰ ਕਿਸੇ ਤਰ੍ਹਾਂ ਦੀ ਇਹਨਾਂ ਦੀ ਪੱਟੀ ਵੀ ਅਸੀਂ ਜ਼ਬਰਦਸਤੀ ਕਰਵਾਈ ਹੈ ਕਹਿ ਕੇ ਆ ਜ਼ਬਰਦਸਤੀ ਪੱਟੀਆਂ ਕਰਵਾਈਆਂ ਇਹ ਕਹਿੰਦੇ ਵੀ ਸਾਡੇ ਕੋਲ ਕੋਈ ਸਮਾਨ ਨਹੀਂ ਕੋਈ ਲੈਣਾ ਦੇਣਾ ਨਹੀਂ ਮਾਤਾ ਇੱਕ ਮਿੰਟ ਉੱਤੇ ਕੀ ਕਿੰਨੇ ਟਾਂਕੇ ਲੱਗੇ ਨੇ ਮਾਤਾ ਤੇਰੇ ਹੈ ਬਾਹਰ ਬਾਹਰ ਕਿਉਂ ਕੱਢਿਆ ਤੁਹਾਨੂੰ ਬਾਹਰ ਸਾਨੂੰ ਕੱਢਦੇ ਨੇ ਬਾਬਾ ਜੋ ਸਾਡੀ ਛੁੱਟੀ ਹੋ ਗਈ ਕਾਦੇ ਵਾਸਤੇ ਤੁਸੀਂ ਠੀਕ ਹਾਲ ਤੇ ਜੋ ਕੀ ਕਹਿੰਦੇ ਜੀ ਨਾਲ ਤਾਂ ਮੇਰੀ ਜ਼ਮੀਨ ਗਈ ਜੀ ਹੈ ਨਾਲੇ ਸਾਨੂੰ ਬਾਹਰ ਕੱਢ ਰਹੇ ਨੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਕਿਨੇ ਕੀਤੀ ਹੈ ਤੁਹਾਡੇ ਨਾਲ ਧੱਕਾ ਕਿਨੇ ਕੀਤਾ ਧੱਕਾ ਸਰਪੰਚ ਨੇ ਕਰਾ ਜੀ ਕੀ ਨਾਮ ਹੈ ਸਰਪੰਚ ਦਾ ਕਿਹੜਾ ਪਿੰਡ ਹੈ ਅੱਛਾ ਹਾਂ ਜੀ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਜੀ ਮੇਰੀ ਮਰਬੇ ਬੰਦਿਆਂ ਦੀ ਜ਼ਮੀਨ ਹੈ ਕੋਈ ਅੱਗੇ ਕਾਗਜ਼ ਹੀ ਨਹੀਂ ਹੈਗੀ ਹੈ ਸਰਕਾਰ ਉਹਦੀ ਹੈ ਜੀ ਸਾਨੂੰ ਪੁੱਛ ਨਹੀਂ ਰਹੇ ਤੁਸੀਂ ਦੇਖ ਸਕਦੇ ਹੋ ਆ ਇਹਨਾਂ ਦੇ ਚਾਰ ਬੰਦੇ ਫੱਟੜ ਸੀ ਔਰ ਉਹ ਲੋਕ ਪੈਸੇ ਦੇ ਦਮ ਤੇ ਸਿਸਟਮ ਦੇ ਦਮ ਦੇ ਉੱਤੇ ਮਤਲਬ ਜਿਹੜਾ ਹੈ ਇਹਨਾਂ ਦੇ ਉੱਤੇ ਜਿਹੜਾ ਹੈ ਅਤਿਆਚਾਰ ਕੀਤਾ ਤੇ ਬੰਦੇ ਹੁਣ ਮਜਬੂਰ ਹੋ ਕੇ ਸਿਵਲ ਹਸਪਤਾਲ ਦੇ ਬਾਹਰ ਐਮਰਜੈਂਸੀ ਦੇ ਬਾਹਰ ਜਿਹੜਾ ਹੈ ਇਹ ਬਹਿਣ ਨੂੰ ਮਜਬੂਰ ਹੋ ਗਏ ਨੇ ਕਿਉਂਕਿ ਇਹਨਾਂ ਨੂੰ ਮਜਬੂਰ ਕੀਤਾ ਗਿਆ ਕੱਲ ਦਾ ਅਸੀਂ SMO ਸਾਹਿਬ ਨੂੰ ਫੋਨ ਕੀਤਾ ਔਨ ਰਿਕਾਰਡ ਮੇਰੇ ਕੋਲ ਸਾਰਾ ਕੁਝ ਪਿਆ ਮੈਂ ਕਿਹਾ ਤੁਸੀਂ ਇਹਨਾਂ ਨੂੰ ਕਿਉਂ ਬਾਹਰ ਕੱਢ ਰਹੇ ਹੋ ਔਰ ਦੂਸਰਿਆਂ ਨੂੰ ਕਿਉਂ VIP ਰੂਮ ਦਿੱਤਾ ਹੈ ਜੇ VIP ਰੂਮ ਨਹੀਂ ਹੈ ਤੇ ਮੇਰੇ ਨਾਲ ਉੱਤੋਂ ਜਾ ਕੇ ਤੁਸੀਂ ਸਾਰੇ ਚੱਲ ਸਕਦੇ ਹੋ VIP ਰੂਮ ਦਿੱਤਾ ਹੈ VIP ਟ੍ਰੀਟਮੈਂਟ ਚੱਲ ਰਹੀ ਹੈ ਤੇ ਇਹਨਾਂ ਨੂੰ ਪੱਟੀ ਤੱਕ ਨਹੀਂ ਕਰਨ ਦੇ ਰਹੇ ਕਿਆ ਇਹ ਗਰੀਬ ਲੋਕ ਨੇ ਇਸ ਕਰਕੇ ਕਿਆ ਉਹ ਪੈਸੇ ਵਾਲੇ ਲੋਕ ਨੇ ਇੱਕ ਸਰਪੰਚ ਹੈ ਉਹਦੀ ਜਾਣਕਾਰੀ ਹੈ ਉਹਦਾ ਸਾਰਾ ਸਿਸਟਮ ਦੇ ਨਾਲ ਉਹ ਜੁੜਿਆ ਹੋਇਆ ਹੈ ਇਸ ਕਰਕੇ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਸਿਸਟਮ ਦੇ ਖਿਲਾਫ਼ ਸਾਡੇ ਖਿਲਾਫ਼ ਜਿਹੜਾ ਹੈ ਧੱਕਾ ਹੋ ਰਿਹਾ ਮੇਰੇ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰੋ ਨਹੀਂ ਤੇ ਕੱਲ੍ਹ ਇਸੀ ਜਗ੍ਹਾ ਦੇ ਉੱਤੇ ਤੁਸੀਂ ਲੋਕ ਬੈਠੇ ਹੋਗੇ ਤਾਂ ਤੁਹਾਡੀ ਸੁਣਵਾਈ ਨਹੀਂ ਹੋਊਗੀ ਔਰ ਤੁਸੀਂ ਪਛਤਾਓਗੇ ਬਾਅਦ ਚ ਵੀ ਹਾਂ ਵੀ ਸਾਡੇ ਨਾਲ ਆਹ ਧੱਕਾ ਹੋ ਰਿਹਾ ਕਿਉਂਕਿ ਹਰ ਬੰਦਾ ਪੈਸੇ ਵਾਲਾ ਨਹੀਂ ਆ ਹਰ ਬੰਦਾ ਸਿਸਟਮ ਦੇ ਨਾਲ ਨਹੀਂ ਜੁੜਿਆ ਹੋਇਆ ਆਹ ਗਰੀਬ ਬੰਦੇ ਨੇ ਗਰੀਬ ਬੰਦਿਆਂ ਦੇ ਨਾਲ ਸਰੇਆਮ ਸਿਵਲ ਹਸਪਤਾਲ ਸਮਾਣਾ ਦੇ ਵਿੱਚ ਧੱਕਾ ਹੋਇਆ ਇਹਨਾਂ ਦੀ ਜਿਹੜੀ ਜ਼ਮੀਨ ਸੀਗੀ ਉੱਥੇ ਧੱਕਾ ਹੋਇਆ ਇਹਨਾਂ ਦੇ ਨਾਲ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੇ ਕਿਸਾਨ ਨੇ ਇਹਨਾਂ ਕਿਸਾਨਾਂ ਦੇ ਨਾਲ ਦੇਖ ਲਓ ਕਿੱਦਾਂ ਧੱਕਾ ਹੋਇਆ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਸਰਕਾਰ ਤੋਂ ਮੰਗ ਕਰਨਾ ਚਾਹੀਦਾ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਜੀ ਹਸਪਤਾਲ ਚ ਸਾਨੂੰ ਕੱਢ ਰਹੇ ਨੇ ਸਾਨੂੰ ਆਰਾਮ ਹੋਣਾ ਚਾਹੀਦਾ ਜੀ ਆਹ ਦੇਖ ਲਓ ਧੱਕੇ ਨਾਲ ਸਾਨੂੰ ਬਾਹਰ ਕੱਢ ਰਹੇ ਜੀ ਅੱਜ ਧੱਕੇ ਨਾਲ ਆਹ ਦੇਖ ਲਓ ਪੱਟੀਆਂ ਕਰਵਾਈਆਂ ਨੇ ਜੀ ਆਹ ਦੇਖ ਲਓ ਧੱਕੇ ਨਾਲ ਪੱਟੀਆਂ ਹੋਈਆਂ ਧੱਕੇ ਨਾਲ ਪੱਟੀਆਂ ਬੁਰਾ ਹਾਲ ਹੋਇਆ ਪਿਆ ਇਹ ਤੋਂ ਚੱਲ ਨਹੀਂ ਹੋ ਰਿਹਾ ਸਿਰ ਦੇ ਵਿੱਚ ਇਹਦੇ ਦਰਦ ਹੋ ਰਿਹਾ ਔਰ ਕੋਈ ਤਰ੍ਹਾਂ ਕਿਸੇ ਤਰ੍ਹਾਂ ਦਾ ਇਹਨੂੰ ਇੰਜੈਕਸ਼ਨ ਨਹੀਂ ਕੋਈ ਕੁਛ ਨਹੀਂ ਪੱਟੀਆਂ ਵੀ ਸਾਡੇ ਕਹੇ ਤੇ ਸਾਡੇ ਕਹਿਣ ਦੇ ਉੱਤੇ ਕੀਤੀਆਂ ਗਈਆਂ ਮਜਬੂਰ ਹੋ ਕੇ ਕੀਤੀਆਂ ਗਈਆਂ ਔਰ ਬਾਰ ਬਾਰ ਅਸੀਂ ਆ ਇਸੇ ਕਰਕੇ ਅਸੀਂ SMO ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਗਰੀਬ ਬੰਦਿਆਂ ਦੀ ਮਦਦ ਵਾਸਤੇ ਜਿਹੜਾ ਇਹ ਹਸਪਤਾਲ ਬਣਾਇਆ ਗਿਆ ਨਾ ਕਿ ਅਮੀਰ ਬੰਦਿਆਂ ਦੀ ਮਦਦ ਕਰਨ ਵਾਸਤੇ ਬਣਾਇਆ ਗਿਆ ਜਦੋਂ ਤਾਂ ਇੱਥੇ ਲੜਾਈ ਝਗੜੇ ਦਾ ਕੋਈ ਆ ਜਾਂਦਾ ਫਿਰ ਜੇ ਕਿਸੇ ਬੰਦੇ ਨੂੰ ਲੜਾਈ ਝਗੜੇ ਦੇ ਵਿੱਚ ਤੁਸੀਂ ਸੋਚ ਲਓ ਵੀ ਜੇ ਬੰਦੇ ਕੋਲ ਪੈਸੇ ਨੇ ਉਹਦੇ 26 ਬਣਵਾ ਲਓ 25 ਬਣਵਾ ਲਓ 23 ਬਣਵਾ ਲਓ 24 ਬਣਵਾ ਲਓ ਜੇ ਕਿਸੇ ਕੋਲ ਪੈਸਾ ਨਾ ਹੋਵੇ ਉਹ ਇਹਨਾਂ ਦੀ ਤਾਂ ਸੁਣਵਾਈ ਨਹੀਂ ਹੋ ਪਾਈ ਕਿਸੇ ਪਾਸੇ ਨਾ ਚੌਂਕੀ 'ਚ ਹੋਈ ਨਾ ਥਾਣੇ ਦੇ ਵਿੱਚ ਹੋਈ ਤੇ ਨਾ ਹਸਪਤਾਲ ਦੇ ਵਿੱਚ ਹੋਈ ਸਰੇਆਮ ਇਹਨਾਂ ਦੇ ਨਾਲ ਗੁੰਡਾਗਰਦੀ ਹੋਈ ਹੈ ਔਰ ਧੱਕਾ ਹੋਇਆ ਅਸੀਂ ਇਹਨਾਂ ਦੇ ਧੱਕੇ ਦੇ ਅਸੀਂ ਜਿਹੜਾ ਹੈ ਜਿਹੜਾ ਧੱਕਾ ਹੋਇਆ ਇਹਨਾਂ ਦੇ ਨਾਲ ਅਸੀਂ ਉਹਦੇ ਖਿਲਾਫ਼ ਹਾਂ ਤੇ ਅਸੀਂ ਸਰਕਾਰ ਤੋਂ ਆਹੀ ਉਹ ਮੰਗ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਹੈ ਇਹੋ ਜਿਹੇ ਧੱਕੇ ਰੋਕੇ ਜਾਣ ਔਰ ਦੇਖੋ ਇੱਕ ਗਰੀਬ ਮਾਂ ਕਿਸ ਤਰੀਕੇ ਦੇ ਨਾਲ ਇਹਨੂੰ ਕੁੱਟਿਆ ਹੋਣਾ ਮਾਰਿਆ ਹੋਣਾ ਔਰ ਕਿਸ ਤਰੀਕੇ ਦੇ ਨਾਲ ਇਸ ਉਮਰ ਦੇ ਵਿੱਚ ਅਧੇੜ ਉਮਰ ਦੇ ਵਿੱਚ ਇਹਦੇ ਉੱਤੇ ਜਿਹੜਾ ਹੈ ਹੱਥ ਪਾਇਆ ਹੋਣਾ ਉਹਨਾਂ ਗੁੰਡਿਆਂ ਨੇ ਬਦਮਾਸ਼ਾਂ ਨੇ ਆ ਤੁਸੀਂ ਦੇਖ ਸਕਦੇ ਹੋ ਖੇਤ ਵਿੱਚ ਇਹਦੇ ਵਾਲ ਪਕੜ ਕੇ ਇਸ ਇਸ ਕੁੜੀ ਇਸ ਲੇਡੀਜ਼ ਦੇ ਇਸ ਬੁੜੀ ਦੇ ਵਾਲ ਪਕੜ ਕੇ ਇਹਨੂੰ ਘੜੀਸ ਕੇ ਖੇਤ ਦੇ ਵਿੱਚ ਲੈ ਕੇ ਗਏ ਨੇ ਔਰ ਉੱਥੇ ਮਾਰਿਆ ਕੁੱਟਿਆ ਲੇਕਿਨ ਕੋਈ ਪਰਚਾ ਦਰਜ ਹੋਇਆ ਹਾਂ ਮਾਤਾ ਹੈ
मिर्ची पा दी कंध कटिया की कहना चाहोगे होर इस करके सरपंच सारा हुई कोई सुनते हैं की कहना चाहोगे तुसीं लेकिन प्रशासन नूं जगाउण वास्ते इहो जिहे काम सानूं करने पै रहे ने इस करके साडा साथ दिओ ते इस वीडियो नूं वध तों वध शेयर करो नहीं ते कल नूं आही तक्का तुहाडे नाल होणा होया भी होणा जिन्हां नाल होया प्लीज उहनां नूं भी रिक्वेस्ट है वध तों वध जिहड़ा है इहनूं शेयर कराओ प्रवीण जी जिहड़ा ये हॉस्पिटल रेतगढ़ का मामला है अज तो तीन दिन पहले जिहड़ा है इत्थे धक्का होया सीगा ते इन्हां दी जमीन दे उत्ते जिहड़ा है अपना उत्थे कब्जा करन दी मंशा दे नाल उत्थे लोग गए सीगे उस तों बाद इन्हां ने समझाया हुण देखो बुरी दे किद्दां इहदे नाल किद्दां मारकुट होई हुई है। अच्छा तुसीं की मंग करदे हो? असीं तां ये मंग करदे जद इहदी जमीन ते स्टे लगी हुई है दो बारी जिहड़ा है मिणती हो चुकी है और मिणती भी इन्हां दे हक दे विच गई है करवाई भी सरपंच ने आ उदों बाद फिर धक्का क्यों हो रहा क्या प्रशासन नाल मिल के धक्का क्यों करवा रहा क्यों प्रशासन जिहड़ा है ये सरपंच दे थले झुक रहा क्या ये सरपंच कोल जिहड़ा है उपरलियां पावरां ने सिर्फ इहदे करके कोई नहीं इहदा मतलब ये नहीं भी गरीबां दी सुनवाई करन वाला कोई नहीं गरीबां दी सुनवाई करन वाला सारे इत्थे बैठे ने और इहनां दे नाल कोई भी अपना धक्का नहीं होण दित्ता जाऊगा। सिविल हस्पताल समाणा है जे लड़ाई झगड़े का केस आ जे फिर तां इह इत्थे निबड़नगे जे तुसीं लगा लो भी जे इत्थे कोई बंदा डिग पिया माड़ा मोटा कोई सट फेट लग गई पटियाले नूं घल दिंदे ने ठीक है और सिर्फ लड़ाई झगड़े के केस दे विच इन्हां नूं रुपये बनते ने जिहदे करके अज ये लोग इत्थे ने सरेआम धक्का हो रहा सरेआम धक्का किया जा रहा जिस दे विरोध दे विच अज ये परिवार जिहड़ा है ये सिविल हस्पताल समाणे दे बाहर जिहड़ा है पौड़ियां दे विच ये बैठा गुहार जिहड़ा है कानून नूं कह रहा भी हाँ भी साडी सुनवाई करो सानू इंसाफ दिओ इंसाफ की मंग करके ये परिवार जिहड़ा है अज सिविल हस्पताल समाणा दे गेट दे बाहर बैठा और देखदे आं भी एस एम ओ साहब कत्तकर जागदे ने